ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਅੱਜ ਆਪਾਂ ਕਰਾਂਗੇ ਜੀ ਪੰਜਾਬੀ ਦੇ ਪੇਪਰ ਦੀ ਤਿਆਰੀ ਜੋ ਹੁਣੇ ਹੀ ਰੀਸੈਂਟ 5 ਤਰੀਕ ਨੂੰ ਐਗਜ਼ਾਮ ਹੋਇਆ ਸਟਾਫ ਨਰਸ ਦਾ ਉਹਦੇ ਵਿੱਚ ਜੋ 50 ਨੰਬਰ ਦਾ ਪੰਜਾਬੀ ਦਾ ਪੇਪਰ ਆਇਆ ਸੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹੁਣ ਹਰੇਕ ਸਰਕਾਰੀ ਪੇਪਰ ਚਾਹੇ ਉਹ ਕੋਈ ਵੀ ਹੋਵੇ ਉਸ ਦੇ ਵਿੱਚ 50 ਨੰਬਰ ਦਾ ਜਿਹੜਾ ਪੰਜਾਬੀ ਦਾ ਪੇਪਰ ਆਇਆ ਕਰਨਾ ਵਾ ਸੋ ਉਸ ਦੀ ਆਪਾਂ ਤੁਹਾਨੂੰ ਰਿਵੀਜ਼ਨ ਕਰਵਾ ਦਿੰਨੇ ਆ ਕਿਉਂਕਿ ਅੱਗੇ ਮਲਟੀਪਲ ਹੈਲਥ ਵਰਕਰ ਐਗਜ਼ਾਮ ਦੇ ਵਿੱਚ ਵੀ ਇਹ ਪੇਪਰ ਆਉਣਾ ਵਾ ਸੋ ਹੋ ਸਕਦਾ ਵਾ ਇਸੇ ਪੇਪਰ ਦੇ ਵਿੱਚੋਂ ਦੋ ਚਾਰ ਕੁਐਸਚਨ ਰਿਵਾਈਜ਼ ਹੋ ਜਾਣ ਜਾਂ ਰਿਪੀਟ ਹੋ ਜਾਣ ਸੌਰੀ ਰਿਪੀਟ ਹੋ ਜਾਣ ਸੋ ਆਪਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਕੈਂਡੀਡੇਟ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਲਵੋ ਦਬਾ ਕੇ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਸੋ ਵੀਡੀਓਜ਼ ਦੀ ਟਾਈਮਿੰਗ ਤੁਹਾਨੂੰ ਆਪਣੀ ਪਤਾ ਬਾ ਦੁਪਹਿਰ 12:30 ਵਜੇ ਫਿਰ 4 ਵਜੇ ਫਿਰ 7 ਵਜੇ ਅਤੇ ਸਵੇਰੇ 9:30 ਵਜੇ ਸੋ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਹੁਣ ਆਪਾਂ ਲੈਨੇ ਆ ਪਹਿਲਾ ਕੁਐਸਚਨ ਨੰਬਰ 1 ਦੇ ਉੱਤੇ ਜੋ ਕੁਐਸਚਨ ਹੈ ਉਹ ਹੈ ਜੀ ਗੁਰਮਤਕ ਆਬ ਦੇ ਮੋਢੀ ਕਵੀ ਕਿਹੜੇ ਹਨ ਸੋ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਗੁਰੂ ਅਰਜਨ ਦੇਵ ਜੀ ਸੋ ਫਰਸਟ ਕੁਐਸਚਨ ਹੈ ਗੁਰੂ ਅਰਜਨ ਆਪਸ਼ਨ ਏ ਗੁਰੂ ਅਰਜਨ ਦੇਵ ਜੀ ਆਪਸ਼ਨ ਬੀ ਭਾਈ ਗੁਰਦਾਸ ਜੀ ਆਪਸ਼ਨ ਸੀ ਗੁਰੂ ਨਾਨਕ ਦੇਵ ਜੀ ਜਾਂ ਆਪਸ਼ਨ ਡੀ ਗੁਰੂ ਗੋਬਿੰਦ ਸਿੰਘ ਜੀ ਸੋ ਇਹਨਾਂ ਦੇ ਵਿੱਚੋਂ ਜੋ ਗੁਰਮਤਿ ਕਾਵ ਦੇ ਮੋਢੀ ਕਵੀ ਨੇ ਸੋ ਜਿਨ੍ਹਾਂ ਨੇ ਸਟਾਰਟ ਕੀਤਾ ਸੀਗਾ ਆਪਣਾ ਕਾਵ ਲਿਖਣਾ ਗੁਰਮਤਿ ਕਾਵ ਸੋ ਸਹੀ ਜਵਾਬ ਤੁਹਾਡਾ ਹੋਊਗਾ ਆਪਸ਼ਨ ਨੰਬਰ ਸੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਗੁਰੂ ਨਾਨਕ ਦੇਵ ਜੀ ਜਿੱਦਾਂ ਜਪਜੀ ਸਾਹਿਬ ਹੋ ਗਈ 12ਵਾਂ ਹੋ ਗਏ ਇਹ ਸਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੇ ਕਾਫੀ ਸਾਰੀ ਬਾਣੀ ਉਹਨਾਂ ਨੇ ਰਚੀ ਆ ਸੋ ਗੁਰਮਤ ਕਾਬ ਦੇ ਮੋਢੀ ਸੀਗੇ ਜਿਹੜੇ ਉਹ ਗੁਰੂ ਨਾਨਕ ਦੇਵ ਜੀ ਸਨ ਸੋ ਹੁਣ ਆਪਾਂ ਦੇਖਦੇ ਆਂ ਜੀ ਕੁਐਸਚਨ ਨੰਬਰ 2 ਬਹੁਤ ਹੀ ਈਜ਼ੀ ਕੁਐਸਚਨ ਆ ਤੁਸੀਂ ਦੇਖ ਸਕਦੇ ਹੋ 23 ਮਾਰਚ ਨੂੰ ਕਿਸ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਤਾਂ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ A ਕਰਤਾਰ ਸਿੰਘ ਸਰਾਬਾ ਬੀ ਚੰਦਰ ਸ਼ੇਖਰ ਆਜ਼ਾਦ ਸੀ ਭਗਤ ਸਿੰਘ ਡੀ ਕਰਨੈਲ ਸਿੰਘ ਈ ਸੜੂ ਸੋ 23 ਮਾਰਚ ਨੂੰ ਕਿਸ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਇਹਦੇ ਤੇ 2-3 ਫਿਲਮਾਂ ਵੀ ਬਣ ਚੁੱਕੀਆਂ ਨੇ 23 ਮਾਰਚ 1931 ਨੂੰ ਸ਼ਹੀਦ ਭਗਤ ਸਿੰਘ ਜੀ ਨੂੰ ਫਾਂਸੀ ਦਿੱਤੀ ਗਈ ਸੀ ਸੋ ਇਸ ਕਰਕੇ ਆਪਸ਼ਨ ਨੰਬਰ 3 ਜਿਹੜਾ ਸੀ ਆ ਉਹ ਤੁਹਾਡਾ ਸਹੀ ਆਨਸਰ ਹੋਊਗਾ ਕਿ 23 ਮਾਰਚ ਨੂੰ ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਨੈਕਸਟ ਦੇਖਦੇ ਆਪਾਂ 3 ਨੰਬਰ ਕੁਐਸਚਨ ਹਾਂਜੀ ਪੰਜਾਬੀ ਦੇ ਆਮ ਵਾਕ ਦੀ ਸਹੀ ਤਰਤੀਬ ਕਿਹੜੀ ਹੈ ਇਹਨਾਂ ਦੇ ਵਿੱਚੋਂ ਜਿਹੜੇ ਆਪਾਂ ਨੂੰ ਆਪਸ਼ਨ ਦਿੱਤੇ ਆ ਇਹਨਾਂ ਦੇ ਵਿੱਚੋਂ ਪੰਜਾਬੀ ਦੇ ਆਮ ਵਾਕ ਦੀ ਜਿਹੜੀ ਸਹੀ ਤਰਤੀਬ ਆ ਉਹ ਕਿਹੜੀ ਆ ਸੋ ਆਪਸ਼ਨ ਏ ਆ ਜੀ ਕਰਤਾ ਕਰਮ ਕਿਰਿਆ ਆਪਸ਼ਨ ਬੀ ਕਿਰਿਆ ਕਰਤਾ ਕਰਮ ਆਪਸ਼ਨ ਸੀ ਕਰਤਾ ਕਰਤਾ ਕਿਰਿਆ ਜਾਂ ਆਪਸ਼ਨ ਡੀ ਕਿਰਿਆ ਕਰਮ ਕਰਤਾ ਸੋ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਸਹੀ ਆਨਸਰ ਹੋਣਾ ਵਾ ਉਹ ਹੈਗਾ ਵਾ ਜੀ ਆਪਸ਼ਨ ਨੰਬਰ ਏ ਕਰਤਾ ਕਰਮ ਕਿਰਿਆ ਵਾ ਜਿਹੜੀ ਇਹ ਆਮ ਵਾਕ ਦੀ ਸਹੀ ਤਰਤੀਬ ਮੰਨੀ ਜਾਵੇਗੀ ਨੈਕਸਟ 4 ਨੰਬਰ ਕੁਐਸਚਨ ਹਾਂਜੀ ਗੁਰਮੁਖੀ ਲਿਪੀ ਵਿੱਚ ਲਗਾ ਦੀ ਗਿਣਤੀ ਕਿੰਨੀ ਹੈ ਆਪਸ਼ਨ ਨੇ ਤੁਹਾਡੇ ਕੋਲੇ ਏ 38 ਬੀ 10 ਸੀ 4 ਯਾ ਡੀ 35 ਸੋ ਜਿਹੜੀ ਇੱਥੇ ਆਪਾਂ ਤੋਂ ਉਹਨਾਂ ਨੇ ਲਗਾ ਦੀ ਗਿਣਤੀ ਪੁੱਛੀ ਆ ਸੋ ਗੁਰਮੁਖੀ ਲਿਪੀ ਦੇ ਵਿੱਚ ਲਗਾ ਦੀ ਗਿਣਤੀ ਹੈਗੀ ਆ ਜੀ ਬੀ ਆਪਸ਼ਨ ਤੁਹਾਡਾ ਸਹੀ ਜਵਾਬ ਆ 10 ਆ ਠੀਕ ਹੈ ਤੇ 35 ਪੰਜਾਬੀ ਦੇ ਅੱਖਰ ਨੇ ਜੇ ਇਦਾਂ ਆ ਜਾਵੇ ਵੀ ਗੁਰਮੁਖੀ ਲਿਪੀ ਦੇ ਕਿੰਨੇ ਅੱਖਰ ਹਨ ਤਾਂ ਉਹ 35 ਸਹੀ ਜਵਾਬ ਹੋਵੇਗਾ ਲਗਾ ਦੀ ਗਿਣਤੀ 10 ਆ ਨੈਕਸਟ ਕੁਐਸਚਨ ਇਹ ਆਪਾਂ ਦੇਖਦੇ ਆ 5 ਨੰਬਰ ਕੁਐਸਚਨ ਹਾਂਜੀ ਉਚਾਰਨ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੀਆਂ ਸਵਰਧੁਨੀਆਂ ਦੇ ਕਿੰਨੇ ਭਾਗ ਹਨ ਆਪਸ਼ਨ ਨੇ ਤੁਹਾਡੇ ਕੋਲੇ A ਤੋਂ B 4 C 10 ਜਾਂ D 8 ਉਚਾਰਨ ਦੇ ਆਧਾਰ ਤੇ ਪੁੱਛਿਆ ਉਹਨਾਂ ਨੇ ਉਚਾਰਨ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੀਆਂ ਸਵਰਤ ਧੁਨੀਆਂ ਦੇ ਕਿੰਨੇ ਭਾਗ ਹਨ ਹਾਂਜੀ ਸੋ ਜਿਹੜਾ 5 ਨੰਬਰ ਆਪਣਾ ਕੁਐਸਚਨ ਹੈ ਕਿ ਉਚਾਰਨ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੀਆਂ ਸਵਰਤ ਧੁਨੀਆਂ ਦੇ ਕਿੰਨੇ ਭਾਗ ਆ ਤਾਂ ਇਸ ਦਾ ਜਿਹੜਾ ਸਹੀ ਜਵਾਬ ਆ ਉਹ A ਹੋ ਜਾਊਗਾ ਇਹਨਾਂ ਦੇ ਦੋ ਭਾਗ ਹੁੰਦੇ ਹਨ ਨੈਕਸਟ ਆਪਾਂ ਦੇਖਦੇ ਆਂ ਕੁਐਸਚਨ ਨੰਬਰ 6 ਹੱਥ ਮਿਲਾਉਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਸੋ ਜਿਹੜੇ ਪੰਜਾਬੀ ਦੇ ਕੁਐਸਚਨ ਨੇ ਆ ਜਿਆਦਾ ਟਫ ਨਹੀਂ ਹੈਗੇ ਮੈਂ ਪੇਪਰ ਰੀਡ ਕੀਤਾ ਸੌਖੇ ਹੀ ਨੇ ਬਸ ਧਿਆਨ ਨਾਲ ਤੁਸੀਂ ਕਰਨਾ ਜਿਵੇਂ ਹੱਥ ਹਿਲਾਉਣਾ ਮੁਹਾਵਰੇ ਦਾ ਸਹੀ ਅਰਥ ਚੁਣੋ ਆਪਸ਼ਨ A ਇਸ਼ਾਰਾ ਕਰਨਾ ਆਪਸ਼ਨ B ਕਾਮਕਾਰ ਕਰਨਾ ਆਪਸ਼ਨ C ਵੇਲੇ ਬਣਾ ਆਪਸ਼ਨ D ਵਿਦਾ ਕਰਨਾ ਸੋ ਇਸ ਦਾ ਜਿਹੜਾ ਸਹੀ ਜਵਾਬ ਹੋਊਗਾ ਉਹ ਹੋਊਗਾ ਜੀ ਆਪਸ਼ਨ ਨੰਬਰ B ਕਾਮਕਾਰ ਕਰਨਾ ਹੱਥ ਹਿਲਾਉਣਾ ਮਤਲਬ ਵੀ ਜਦੋਂ ਆਪਾਂ ਕੰਮਕਾਰ ਕਰਦੇ ਆ ਜਾਂ ਆਪਾਂ ਕੰਮ ਕਰ ਨਹੀਂ ਕਰਦੇ ਉਦੋਂ ਬਕਾਇਦ ਹੁੰਦੇ ਅਕਸਰ ਹੀ ਪੰਜਾਬੀ ਦੇ ਵਿੱਚ ਵੀ ਇਹ ਤਾਂ ਹੱਥ ਹੀ ਨਹੀਂ ਹਿਲਾਉਂਦਾ ਹਨਾ ਵਿਹਲਾ ਬੈਠਾ ਰਹਿੰਦਾ ਸੋ ਕੰਮਕਾਰ ਕਰਨਾ ਠੀਕ ਹੈ ਜੀ ਸੋ ਇੱਥੇ ਕਈ ਵਾਰੀ ਕਨਫਿਊਜ਼ਨ ਦੇ ਵਿੱਚ ਨਾ ਹੱਥ ਹਿਲਾਉਣਾ ਮਤਲਬ ਇਸ਼ਾਰਾ ਕਰਨ ਨੂੰ ਸਮਝ ਜਾਂਦੇ ਆ ਬਹੁਤ ਸਾਰੇ ਬੱਚੇ ਸੋ ਹੱਥ ਹਿਲਾਉਣਾ ਕੰਮਕਾਰ ਕਰਨਾ ਠੀਕ ਹੈ ਜੀ ਇਹ ਕਿਉਂਕਿ ਮੁਹਾਵਰੇ ਨੇ ਇਹ ਨੈਕਸਟ 7 ਨੰਬਰ ਕੁਐਸਚਨ ਗੱਲਾਂ ਬਹੁਤ ਪਰ ਕਮ ਘਟਦੇ ਆਧਾਰ ਤੇ ਅਖਾਣ ਚੁਣੋ ਸੌਰੀ ਆਪਸ਼ਨ A ਦਿੱਲੀ ਦੇ ਬਾਂਕੇ ਤੇ ਖੀਸੇ ਵਿੱਚ ਗਾਜਰਾ ਆਪਸ਼ਨ B ਦੂਰ ਦੇ ਢੋਲ ਸੁਹਾਵਣ ਆਪਸ਼ਨ ਨੰਬਰ C ਥੋਥਾ ਚਨਾ ਬਾਜੇ ਕਨ ਆਪਸ਼ਨ ਨੰਬਰ D ਦੇਸੀ ਟੱਟੂ ਖੁਰਾਸਾਨੀ ਦਲੱਤੇ ਸੋ ਗੱਲਾਂ ਬਹੁਤ ਪਰ ਕਮ ਘਟਦੇ ਆਧਾਰ ਤੇ ਅਖਾਣ ਇਹਦੇ ਨਾਲ ਕਿਹੜੀ ਅਖਾਣ ਮੈਚ ਕਰਦੀ ਹੈ ਤਾਂ ਸਹੀ ਜਵਾਬ ਤੁਹਾਡਾ ਹੋਊਗਾ C ਥੋਥਾ ਚਨਾ ਬਾਜੇ ਕਨ ਠੀਕ ਹੈ ਜੀ ਨੈਕਸਟ ਆਪਾਂ ਵਧਦੇ ਹਾਂ ਕੁਐਸਚਨ ਨੰਬਰ 8 ਦੇ ਵੱਲ ਕਿਹੜਾ ਸ਼ਬਦ ਅਗੇਤਰ ਸ਼ਬਦ ਨਹੀਂ ਹੈ ਇਹਨਾਂ ਦੇ ਵਿੱਚੋਂ ਏ ਬੇਵਕੂਫ ਬੀ ਬੇਈਮਾਨ ਸੀ ਬੇਗੈਰਤ ਡੀ ਬੇਇੱਜਤ ਸੋ ਇਹਨਾਂ ਦੇ ਵਿੱਚੋਂ ਜਿਹੜਾ ਅਗੇਤਰ ਸ਼ਬਦ ਨਹੀਂ ਹੈਗਾ ਉਹ ਹੋਵੇਗਾ ਜੀ ਤੁਹਾਡਾ ਆਪਸ਼ਨ ਨੰਬਰ ਏ ਬੇਵਕੂਫ ਸੋ ਹੁਣ ਆਪਾਂ ਵਾਧਿਆ ਕੁਐਸਚਨ ਨੰਬਰ 9 ਦੇ ਵੱਲ ਠੀਕ ਹੈ ਸੋ ਹੁਣ ਦੂਸਰੀ ਸਾਈਡ ਆਪਾਂ ਆ ਜਾਣਾ ਵਾ 9 ਨੰਬਰ ਕੁਐਸਚਨ ਸ਼ੁੱਧ ਰੂਪ ਦੀ ਚੋਣ ਕਰੋ ਸੋ ਸ਼ੁੱਧ ਰੂਪ ਤੁਹਾਨੂੰ ਤੁਸੀਂ ਦੇਖਣਾ ਹੈ ਆ ਦੇਖੋ ਦੁਪਹਿਰ ਇਹ ਵੀ ਗਲਤ ਲਿਖਿਆ ਹੋਇਆ ਆ ਦੁਪਹਿਰ ਵੀ ਗਲਤ ਲਿਖਿਆ ਵਾ ਆ ਦੁਪਹਿਰਾ ਜਿਹੜੀ ਇਹ ਸਹੀ ਆ ਤੇ ਆ ਦੁਪਹਿਰ ਵੀ ਗਲਤ ਆ ਆਹ ਵਾ ਜਿਹੜੀ ਦੁਪਹਿਰ ਇਹ ਤੁਸੀਂ ਧਿਆਨ ਨਾਲ ਸੋ ਕੋਈ ਔਖਾ ਕੁਐਸਚਨ ਨਹੀਂ ਹੈਗਾ ਉਹਨਾਂ ਨੇ ਪੁੱਛਿਆ ਵੀ ਸ਼ੁੱਧ ਰੂਪ ਦੀ ਚੋਣ ਕਰਨੀ ਆ ਦੁਪਹਿਰ ਲਿਖਿਆ ਹੋਇਆ ਵਾ ਇਹ ਆਪਾਂ ਨੂੰ ਪਤਾ ਲੱਗ ਗਿਆ ਸੋ ਕਿਹੜਾ ਦੁਪਹਿਰ ਸਹੀ ਆ ਦੱਦੇ ਨੂੰ ਔਂਕੜ ਪੱਪਾ ਹਾਏ ਸਿਆਰੀ ਰਾਰਾ ਠੀਕ ਹੈ ਸੋ ਸੀ ਆਪਸ਼ਨ ਆ ਜਿਹੜਾ ਇਹ ਸਹੀ ਹੋ ਜੂਗਾ ਤੁਹਾਡਾ ਨੈਕਸਟ ਆਪਾਂ ਦੇਖਦੇ ਆ ਕਵੈਸਚਨ ਨੰਬਰ 10 ਮਹੀਨੇ ਦੇ ਸ਼ੁੱਧ ਪੰਜਾਬੀ ਰੂਪ ਨੂੰ ਚੁਣੋ ਇੱਕ ਮਹੀਨੇ ਦਾ ਇੱਕ ਦੇਸੀ ਮਹੀਨੇ ਦਾ ਨਾਮ ਦਿੱਤਾ ਹੋਇਆ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਮੱਘਰ ਆ ਮੱਘਰ ਇੱਕ ਦੇਸੀ ਮਹੀਨਾ ਬਾ ਜਿਵੇਂ ਸੌਣ ਚੇਤ ਹਾੜ ਵਸਾਖ ਹਨਾ ਜੇਠ ਸੋ ਇੱਕ ਮੱਗਰ ਇੱਕ ਦੇਸੀਮੀ ਨਵਾਂ ਦਾ ਨੋ ਲਿਖਿਆ ਹੋਇਆ ਵਾ ਸੋ ਤੁਸੀਂ ਦੇਖ ਲਓ ਵੀ ਮੱਗਰ ਕਿੱਦਾਂ ਪੈਂਦਾ ਵਾ ਆਪਸ਼ਨ ਨੰਬਰ ਏ ਆ ਜਿਹੜਾ ਇਹ ਸਹੀ ਆ ਠੀਕ ਹੈ ਮੱਗਰ ਦੇ ਸਪੈਲਿੰਗ ਮੰਮੇ ਤੇ ਅੱਧ ਕ ਘਗਾਰਾ ਨੇ ਆ ਮੱਗਰ ਬਣ ਗਿਆ ਆ ਮ ਆ ਮੱਗਰ ਬਣ ਗਿਆ ਆ ਮੰਗਰ ਬਣ ਗਿਆ ਠੀਕ ਹੈ ਜਿਹੜਾ ਏ ਆਪਸ਼ਨ ਆ ਇਹ ਸਹੀ ਜਵਾਬ ਆ ਸੋ ਬਸ ਇਦਾਂ ਦੇ ਕੁਐਸਚਨ ਆਉਣੇ ਆ ਸੌਖੇ ਨੇ ਧਿਆਨ ਨਾ ਕਰਿਓ ਨੈਕਸਟ 11 ਨੰਬਰ ਕੁਐਸਚਨ ਹਾਂਜੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿਸ ਮੁਗਲ ਸਮਰਾਟ ਦੇ ਆਦੇਸ਼ ਨਾਲ ਹੋਈ ਸੀ ਤਾਂ ਆਪਸ਼ਨ ਨੇ ਤੁਹਾਡੇ ਕੋਲ ਨੰਬਰ ਸੌਰੀ ਏ ਆਪਸ਼ਨ ਆ ਬਹਾਦਰ ਸ਼ਾ ਬੀ ਸਮਰਾਟ ਅਕਬਰ ਸੀ ਜਹਾਂਗੀਰ ਤੇ ਡੀ ਔਰੰਗਜ਼ੇਬ ਸੋ ਇਹਨਾਂ ਦੇ ਵਿੱਚੋਂ ਜਿਹੜਾ ਸਹੀ ਜਵਾਬ ਆ ਤੁਹਾਡਾ ਉਹ ਹੋਵੇਗਾ ਜੀ ਆਪਸ਼ਨ ਨੰਬਰ ਡੀ ਜਦੋਂ ਗੁਰੂ ਤੇਗ ਬਹਾਦਰ ਦਾ ਪੀਰੀਅਡ ਸੀਗਾ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪੀਰੀਅਡ ਸੀ ਉਦੋਂ ਜਿਹੜਾ ਸ਼ਾਸ਼ਨ ਸੀਗਾ ਉਹ ਔਰੰਗਜ਼ੇਬ ਦਾ ਸੀਗਾ ਤੇ ਗੁਰੂ ਹਰਗੋਬਿੰਦ ਜੀ ਨੂੰ ਜਦੋਂ ਕਿਲੇ ਚ ਕੈਦ ਕੀਤਾ ਸੀ ਤਾਂ ਉਹ ਜਹਾਂਗੀਰ ਨੇ ਕਰਵਾਇਆ ਸੀ ਜੀ ਠੀਕ ਹੈ ਸੋ ਜਿਹੜਾ ਆਪਣਾ ਸਮਰਾਟ ਅਕਬਰ ਸੀਗਾ ਉਹ ਤਾਂ ਪਹਿਲਾਂ ਹੋਇਆ ਵਾ ਬਾਬਰ ਤੋਂ ਬਾਅਦ ਮਤਲਬਈ ਚੌਥੇ ਤੀਜੇ ਚੌਥੇ ਜਦੋਂ ਗੁਰੂ ਹੋਏ ਨੇ ਉਦੋਂ ਹੋਇਆ ਸੀਗਾ ਸਮਰਾਟ ਅਕਬਰ ਗੁਰੂ ਰਾਮਦਾਸ ਜੀ ਮੌਕੇ ਗੁਰੂ ਅਮਰਦਾਸ ਜੀ ਮੌਕੇ ਠੀਕ ਹੈ ਜੀ ਤੇ ਗੁਰੂ ਨਾਨਕ ਦੇਵ ਜੀ ਮੌਕੇ ਕਿਹੜਾ ਹੋਇਆ ਸੀ ਬਾਬਰ ਹੋਇਆ ਸੀਗਾ ਸੋ ਇਵੇ ਤੁਸੀਂ ਪੁਆਇੰਟ ਨੋਟ ਕਰ ਲਓ ਹਾਂਜੀ 12 ਨੰਬਰ ਕੁਐਸਚਨ ਹੈ ਪੰਜਾਬੀ ਸੱਭਿਆਚਾਰ ਦਾ ਮੂਲ ਆਧਾਰ ਕੀ ਹੈ ਆਪਸ਼ਨ A ਚਿੱਤਰਕਲਾ ਆਪਸ਼ਨ B ਭਾਸ਼ਾ ਆਪਸ਼ਨ C ਲੋਕਗੀਤ ਤੇ ਆਪਸ਼ਨ D ਬੁੱਤ ਤਰਾਸ਼ੀ ਸੋ ਜਿਹੜਾ ਪੰਜਾਬੀ ਸੱਭਿਆਚਾਰ ਆ ਇਸ ਦਾ ਮੂਲ ਆਧਾਰ ਕੀ ਹੈ ਜੀ ਤਾਂ ਸਹੀ ਜਵਾਬ ਹੋਊਗਾ ਇਸ ਦਾ ਮੂਲ ਆਧਾਰ ਭਾਸ਼ਾ ਵਾ ਠੀਕ ਹੈ ਆਪਸ਼ਨ ਨੰਬਰ B ਤੁਹਾਡਾ ਸਹੀ ਆਨਸਰ ਹੋ ਜਾਊਗਾ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ ਬਹੁਤ ਸਾਰੇ ਪੇਪਰਾਂ ਦੇ ਵਿੱਚ ਪੁੱਛਿਆ ਜਾਂਦਾ ਤੇ ਈਜ਼ੀ ਵੀ ਹੈ ਸਭ ਨੂੰ ਪਤਾ ਵੀ ਹੋਣਾ ਚਾਹੀਦਾ ਕਿ ਬਚਿੱਤਰਨਾਟਕ ਕਿਸ ਦੀ ਰਚਨਾ ਹੈ ਇਹ 6ਵੀਂ 7ਵੀਂ ਦਾ ਕੁਐਸਚਨ ਹੈ ਮੇਬੀ ਏ ਆਪਸ਼ਨ ਆ ਗੁਰੂ ਗੋਬਿੰਦ ਸਿੰਘ ਜੀ ਬੀ ਆਪਸ਼ਨ ਆ ਗੁਰੂ ਤੇਗ ਬਹਾਦਰ ਜੀ ਸੀ ਆਪਸ਼ਨ ਆ ਗੁਰੂ ਅਰਜਨ ਦੇਵ ਜੀ ਤੇ ਡੀ ਆਪਸ਼ਨ ਆ ਭਾਈ ਗੁਰਦਾਸ ਜੀ ਤੇ ਬਚਿੱਤਰਨਾਟਕ ਇਹਨਾਂ ਦੇ ਵਿੱਚੋਂ ਆਪਸ਼ਨ ਏ ਤੁਹਾਡਾ ਸਹੀ ਆਨਸਰ ਆ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੋ ਗਈ ਜਿਵੇਂ ਜਫਰਨਾਮਾ ਹੋ ਗਿਆ ਬਚਿੱਤਰਨਾਟਕ ਹੋ ਗਿਆ ਚੰਡੀ ਦੀ ਵਾਰ ਹੋ ਗਈ ਹੈ ਨਾ ਇਹ ਸਾਰੀਆਂ ਰਚਨਾਵਾਂ ਨੇ ਜਿਹੜੀਆਂ ਇਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਨੇ ਇਹ ਪੁਆਇੰਟ ਵੀ ਤੁਸੀਂ ਨੋਟ ਕਰ ਸਕਦੇ ਹੋ ਹਾਂਜੀ ਨੈਕਸਟ 14 ਨੰਬਰ ਕੁਐਸਚਨ ਦੇਸ਼ ਭਗਤ ਕਰਤਾਰ ਸਿੰਘ ਸਰਾਭਾ ਕਿੱਥੋਂ ਦਾ ਜੰਪਲ ਸੀ ਆਪਸ਼ਨ ਨੇ ਤੁਹਾਡੇ ਕੋਲ ਏ ਲੁਧਿਆਣਾ ਬੀ ਪਟਿਆਲਾ ਸੀ ਅੰਮ੍ਰਿਤਸਰ ਡੀ ਫਿਰੋਜ਼ਪੁਰ ਸੋ ਜਿਹੜਾ ਕਰਤਾਰ ਸਿੰਘ ਸਰਾਬਾ ਸੀਗਾ ਇਸ ਦਾ ਪਿੰਡ ਸੀਗਾ ਸਰਾਬਾ ਠੀਕ ਹੈ ਜੀ ਤੇ ਇਹ ਸਰਾਬਾ ਪਿੰਡ ਆ ਜਿਹੜਾ ਇਹ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਵਾ ਲੁਧਿਆਣਾ ਤੋਂ ਰੈਕੋਟ ਰੋਡ ਦੇ ਉੱਤੇ ਠੀਕ ਹੈ ਜੀ ਸੋ ਇਸ ਕਰਕੇ ਜਿਹੜਾ ਆਪਸ਼ਨ A ਆ ਇਹ ਤੁਹਾਡਾ ਸਹੀ ਆਨਸਰ ਹੋਊਗਾ ਕਿ ਕਰਤਾਰ ਸਿੰਘ ਸਰਾਬਾ ਸੀ ਜਿਹੜਾ ਉਹ ਲੁਧਿਆਣੇ ਦਾ ਜੰਪਲ ਸੀਗਾ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਲੁਧਿਆਣੇ ਤੋਂ 20 15 20 ਕਿਲੋਮੀਟਰ ਤੇ ਲੁਧਿਆਣਾ ਰਾਏਕੋਟ ਰੋਡ ਦੇ ਉੱਤੇ ਸਰਾਬੇ ਨਾਂ ਦਾ ਇੱਕ ਪਿੰਡ ਆ ਠੀਕ ਹੈ ਜੀ ਸੋ ਉੱਥੋਂ ਦਾ ਇਹ ਜੰਪਲ ਸੀ ਨੈਕਸਟ 15 ਨੰਬਰ ਕੁਐਸਚਨ ਦੇਖ ਲੈਣੇ ਆਪਾਂ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਲਈ ਕਿਹੜੀ ਉਪਭਾਸ਼ਾ ਹੈ ਆਪਸ਼ਨ ਤੁਹਾਡੇ ਕੋਲ ਆ ਏ ਮਲਬਈ ਬੀ ਮਾਜੀ ਸੀ ਪੁਆਦੀ ਡੀ ਦੁਆਬੀ ਸੋ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਲਈ ਕਿਹੜੀ ਉਪਭਾਸ਼ਾ ਹੈ ਤਾਂ ਸਹੀ ਜਵਾਬ ਆ ਜੀ ਆਪਸ਼ਨ ਨੰਬਰ ਬੀ ਮਾਜੀ ਆ ਜਿਹੜੀ ਉਹ ਟਕਸਾਲੀ ਰੂਪ ਲਈ ਉਪਭਾਸ਼ਾ ਮਾਜੀ ਨੂੰ ਮੰਨਿਆ ਜਾਂਦਾ ਹੈ ਹਾਂਜੀ 16 ਨੰਬਰ ਕੁਐਸਚਨ ਆਪਾਂ ਦੇਖਦੇ ਆ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀ ਹੈ ਏ ਆਪਸ਼ਨ ਹੈ ਫਾਰਸੀ ਬੀ ਦੇਵਨਾਗਰੀ ਸੀ ਰੋਮਨ ਤੇ ਡੀ ਗੁਰਮੁਖੀ ਸੋ ਇਹਨਾਂ ਦੇ ਵਿੱਚੋਂ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਮੀ ਆ ਤਾਂ ਤੁਹਾਡਾ ਸਹੀ ਆਨਸਰ ਹੋਵੇਗਾ ਜੀ ਆਪਸ਼ਨ ਨੰਬਰ ਡੀ ਜਿਹੜੀ ਗੁਰਮੁਖੀ ਲਿਪੀ ਆ ਉਹ ਢੁਕਮੀ ਲਿਪੀ ਹੈ ਪੰਜਾਬੀ ਭਾਸ਼ਾ ਦੇ ਲਈ ਹਾਂਜੀ ਨੈਕਸਟ ਆਪਾਂ ਦੇਖਦੇ ਹਾਂ 17 ਤੇ 18 ਨੰਬਰ ਕੁਐਸਚਨ 17 ਨੰਬਰ ਕੁਐਸਚਨ ਹੈ ਪੰਜਾਬੀ ਵਿਆਕਰਨ ਦੇ ਕਿੰਨੇ ਭਾਗ ਹਨ ਸੋ ਆਪਸ਼ਨ ਤੁਹਾਡੇ ਕੋਲ ਨੇ ਏ ਤੇ ਏ 2 b8 c4 ਜਾਂ d6 ਸੋ ਇਹਨਾਂ ਦੇ ਵਿੱਚੋਂ ਜਿਹੜੀ ਪੰਜਾਬੀ ਵਿਆਕਰਣ ਹੈ ਇਹਦੇ ਕਿੰਨੇ ਭਾਗ ਨੇ ਜੀ ਹਾਂਜੀ ਪੰਜਾਬੀ ਵਿਆਕਰਣ ਦੇ ਆਪਸ਼ਨ ਨੰਬਰ ਜਿਹੜਾ c ਆ ਤੁਹਾਡਾ ਸਹੀ ਆਨਸਰ ਹੋ ਜਾਊਗਾ ਚਾਰ ਭਾਗ ਹਨ ਨੈਕਸਟ ਆਪਾਂ ਦੇਖਦੇ ਹਾਂ ਜੀ ਕੁਐਸਚਨ ਨੰਬਰ 18 ਅੱਖ ਲੱਗਣੀ ਮੁਹਾਵਰੇ ਦਾ ਸਹੀ ਅਰਥ ਚੁਣੋ ਤਾਂ ਆਪਸ਼ਨ ਤੁਹਾਡੇ ਕੋਲ ਆ a ਤੇ ਪਿਆਰ ਹੋਣਾ ਬੀ ਤੇ ਨੀਂਦ ਆਉਣੀ ਸੀ ਤੇ ਅੱਖ ਦੁਖਣਾ ਤੇ ਡੀ ਤੇ ਨਜ਼ਰ ਘੁਮਾ ਲੈਣੀ ਸੋ ਅੱਖ ਲੱਗਣੀ ਜਿਹੜਾ ਮੁਹਾਵਰਾ ਵਾ ਇਸ ਦਾ ਜਿਹੜਾ ਸਹੀ ਜਵਾਬ ਹੋਊਗਾ ਜਿੱਦਾਂ ਆਪਾਂ ਕਹਿ ਦਿੰਨੇ ਆਂ ਕਈ ਵਾਰੀ ਵੀ ਮੇਰੀ ਬੈਠੇ-ਬੈਠੇ ਦੀ ਅੱਖ ਲੱਗ ਗਈ ਸੋ ਅੱਖ ਲੱਗਣੀ ਮਤਲਬ ਨੀਂਦ ਆਉਣਾ ਸੋ ਬੀ ਨੰਬਰ ਆਪਸ਼ਨ ਇਹ ਆ ਤੁਹਾਡਾ ਇਹ ਸਹੀ ਜਵਾਬ ਹੋ ਜਾਊਗਾ ਠੀਕ ਹੈ ਵੈਸੇ ਗੀਤਾਂ ਕੁੱਤਾਂ ਚ ਆਪਸ਼ਨ ਵੀ ਬਣ ਜਾਂਦਾ ਵਾ ਪਰ ਇਹ ਨਹੀਂ ਹੈਗਾ ਇਹਦਾ ਸਹੀ ਜਵਾਬ ਨੀਂਦ ਆਉਣਾ ਵਾ ਠੀਕ ਹੈ ਜੀ ਸੋ ਇਸ ਦੇ ਨਾਲ ਹੀ ਆਪਾਂ ਜਿਹੜੇ ਇਹ 18 ਕੁਐਸਚਨ ਨੇ ਆ ਇਹ ਅੱਜ ਕਰ ਲਏ ਆ ਠੀਕ ਹੈ ਜੀ ਟੋਟਲ 50 ਕੁਐਸਚਨ ਨੇ ਇਸ ਤੋਂ ਅਗਲੇ 18 ਆਪਾਂ ਕੱਲ ਕਰਾਂਗੇ ਠੀਕ ਹੈ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਉਮੀਦ ਕਰਦੇ ਆਂ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਵੀਡੀਓ ਨੂੰ ਧਿਆਨ ਨਾਲ ਰੀਡ ਕਰ ਲਿਓ ਬਹੁਤ ਚਾਂਸ ਹੁੰਦੇ ਆ ਇਦਾਂ ਦੇ ਕੁਐਸਚਨਾਂ ਦਾ ਦੁਬਾਰਾ ਰਿਪੀਟ ਹੋਣਾ ਕਿਉਂਕਿ ਯੂਨੀਵਰਸਿਟੀਆਂ ਵਾਲੇ ਕੀ ਕਰਦੇ ਹੁੰਦੇ ਆ ਭਈ ਉਹ ਪੇਪਰ ਪੁੱਪਰ ਇੰਨਾ ਨਹੀਂ ਕਰਦੇ ਕਿਉਂਕਿ ਜਿਹੜਾ ਹੁਣ 5 ਤਰੀਕ ਨੂੰ ਜਿਹੜੇ ਤਿੰਨ ਪੇਪਰ ਹੋਏ ਨੇ ਫਾਰਮਾਸਿਸਟ ਦਾ ਸਟੈਨੋ ਟਾਈਪਿਸਟ ਦਾ ਤੇ ਸਟਾਫ ਨਰਸ ਦਾ ਉਹਨਾਂ ਤਿੰਨਾਂ ਦੇ ਵਿੱਚ ਇੱਕੋ ਹੀ ਪੇਪਰ ਆਇਆ ਵਾ ਜਿਹੜਾ ਪਹਿਲਾ 50 ਨੰਬਰ ਦਾ ਆਇਆ ਇਹੀ ਪੇਪਰ ਆਇਆ ਤਿੰਨਾਂ ਦੇ ਮਤਲਬ ਮੂਰੇ ਠੀਕ ਹੈ ਜੀ ਸੋ ਹੋ ਸਕਦਾ ਵਾ ਅੱਗੇ ਜਿਹੜੇ ਪੇਪਰ ਹੋਣੇ ਆ ਉਹਨਾਂ 'ਚ ਇਹਨਾਂ ਚੋ ਹੀ 5 10 20 ਕੁਐਸਚਨ ਪਾ ਦੇਣ ਤੇ ਥੋੜੇ ਜਿਹਾ ਕੁਐਸਚਨ ਨਵੇਂ ਐਡ ਕਰ ਦੇਣ ਤੁਸੀਂ ਇਹੇ ਵੀਡੀਓਆਂ ਨੇ ਜਿਹੜੀਆਂ ਪੂਰੇ ਧਿਆਨ ਨਾਲ ਆਪਦੀ ਤਿਆਰੀ ਕਰ ਲਿਓ ਠੀਕ ਹੈ ਜੀ ਮਿਲਦੇ ਆਂ ਕੱਲ ਨੈਕਸਟ ਵੀਡੀਓ ਦੇ ਵਿੱਚ ਤੇ ਅਗਲੀ ਵੀਡੀਓ ਆਪਣੀ ਸ਼ਾਮ ਨੂੰ 4 ਵਜੇ ਤੇ ਫਿਰ 7 ਵਜੇ ਅੱਜ ਆਉਣਗੀਆਂ MPHW ਦੇ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਨਾਲ ਸੰਬੰਧਿਤ ਥੈਂਕ ਯੂ